ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਰਬਜੀਤ ਸੁਨੜਕਵਾਸ ਆਪਣੇ YouTube ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ ਹਾਂ ਮਾਸਟਰ ਕਾਰਡਰ ਸਮਾਜਿਕ ਸਿੱਖਿਆ ਪੰਜਾਬੀ ਪੀਐਸਟੈਟ ਅਤੇ ਸੀਟੈਟ ਦੀ ਤਿਆਰੀ ਕਰਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜਰੂਰ ਜੁੜੋ ਅੱਜ ਦੀ ਇਹ ਵੀਡੀਓ ਸਪੈਸ਼ਲ ਵਾਰਡ اٹੈਂਡੈਂਟ ਜਿਸ ਦਾ ਐਗਜ਼ਾਮ 14 ਨਵੰਬਰ ਨੂੰ ਹੋਣਾ ਹੈ ਉਹਨਾਂ ਵਿਦਿਆਰਥੀਆਂ ਦੇ ਲਈ ਸਪੈਸ਼ਲ ਤੌਰ ਤੇ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਪੰਜਾਬ ਪ੍ਰਸ਼ਨ ਸਿਲੈਕਟ ਕੀਤੇ ਗਏ ਹਨ ਸੋ ਸਾਰੇ ਹੀ ਵਾਰਡ اٹੈਂਡੈਂਟ ਦਾ ਪੇਪਰ ਜੋ ਵਿਦਿਆਰਥੀ ਦੇਣ ਜਾ ਰਹੇ ਹਨ ਇੱਕ ਵਾਰ ਵੀਡੀਓ ਨੂੰ ਜ਼ਰੂਰ ਵੇਖਣਾ ਤਾਂ ਕਿ ਤੁਹਾਡੇ ਨੰਬਰ ਵਧੀਆ ਆ ਸਕਣ ਸੋ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਅਗਰ ਕੋਈ ਵੀ ਸਾਥੀ ਇਸ ਟੈਸਟ ਦੀ ਪੀਡੀਐਫ ਪ੍ਰਾਪਤ ਕਰਨੀ ਚਾਹੁੰਦਾ ਹੈ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 97151008800 ਸੋ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ ਜਨਰਲ ਨੌਲੇਜ ਵਾਰਡ اٹੈਂਡੈਂਟ ਪੂਰੇ ਭਾਰਤ ਅੰਦਰ ਜਨਤਾ ਕਰਫਿਊ ਕਦੋਂ ਲਗਾਇਆ ਗਿਆ 19 ਮਾਰਚ 2020 20 ਮਾਰਚ 2020 21 ਮਾਰਚ 2021 22 ਮਾਰਚ 2020 ਕਦੋਂ ਲਗਾਇਆ ਸੀ ਠੀਕ ਹੈ ਜੀ ਰਾਈਟ ਆਨਸਰ ਹੈ 22 ਮਾਰਚ 2020 ਪੰਜਾਬ ਦਾ 23ਵਾਂ ਜ਼ਿਲ੍ਹਾ ਮਰੀਲ ਕੋਟਲਾ ਕਦੋਂ ਬਣਾਇਆ ਗਿਆ? ਵਰਤਮਾਨ ਪੰਜਾਬ ਦੇ ਵਿੱਚ ਕੁੱਲ 23 ਜ਼ਿਲ੍ਹੇ ਹਨ। 23ਵਾਂ ਜ਼ਿਲ੍ਹਾ ਮਰੀਲ ਕੋਟਲਾ ਬਣਾਇਆ ਗਿਆ। ਕਦੋਂ ਬਣਾਇਆ ਗਿਆ? 15 ਅਗਸਤ 2021 14 ਅਗਸਤ 2021 14 ਮਈ 2021 14 ਜੂਨ 2021 ਰਾਈਟ right ਆਨਸਰ 14 ਮਈ 2021 ਪੰਜਾਬ ਵਿੱਚ ਪੰਚਾਇਤਾਂ ਦੀ ਕੁੱਲ ਗਿਣਤੀ ਕਿੰਨੀ ਹੈ 13080 ਪੰਚਾਇਤਾਂ 12581 ਪੰਚਾਇਤਾਂ 12580 ਪੰਚਾਇਤਾਂ 13262 ਪੰਚਾਇਤਾਂ ਸੋ ਪੰਜਾਬ ਦੇ ਵਿੱਚ ਪੰਚਾਇਤਾਂ ਦੀ ਗਿਣਤੀ 13262 ਹੈ ਪੰਜਾਬ ਦਾ ਪਹਿਲਾ ਸਿੱਖ ਸਮਰਾਟ ਕੌਣ ਸੀ ਜੋ ਸੁਤੰਤਰ ਸੀ ਜਾਇਜ ਕੇ ਲਈ ਪੰਜਾਬ ਦਾ ਪਹਿਲਾ ਸੁਤੰਤਰ ਸਿੱਖ ਸ਼ਾਸਕ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਗੁਰੂ ਗੋਬਿੰਦ ਸਿੰਘ ਰਾਈਟ ਆਨਸਰ ਬੰਦਾ ਸਿੰਘ ਬਹਾਦਰ ਹੁਣ ਤੱਕ ਪੰਜਾਬ ਦੀ ਕਿੰਨੇ ਵਾਰ ਵੰਡ ਹੋ ਚੁੱਕੀ ਹੈ ਦੋ ਵਾਰ ਤਿੰਨ ਵਾਰ ਚਾਰ ਵਾਰ ਪੰਜ ਵਾਰ ਹੁਣ ਤੱਕ ਪੰਜਾਬ ਦੀ ਵੰਡ ਚਾਰ ਵਾਰ ਹੋ ਚੁੱਕੀ ਹੈ ਪੰਜਾਬ ਦੀ ਹੱਦ ਕਿੰਨੇ ਰਾਜਾਂ ਨਾਲ ਲੱਗਦੀ ਹੈ ਪੰਜ ਰਾਜਾਂ ਨਾਲ ਚਾਰ ਰਾਜਾਂ ਨਾਲ ਤਿੰਨ ਰਾਜਾਂ ਨਾਲ ਛੇ ਰਾਜਾਂ ਨਾਲ ਰਾਈਟ ਆਨਸਰ ਹੈ ਚਾਰ ਰਾਜਾਂ ਨਾਲ ਕਿਹੜੇ-ਕਿਹੜੇ ਰਾਜਾਂ ਨਾਲ ਲੱਗਦੀ ਹੈ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ ਵਾਰਡ اٹੈਂਡੈਂਟ ਦੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਕੱਲ ਨੂੰ ਅਸੀਂ ਸਾਰਾ ਦਿਨ ਪਾਪ ਕੇ ਕੱਲ ਅਤੇ ਪਰਸੋਂ 12 ਅਤੇ 13 ਨਵੰਬਰ ਨੂੰ ਸਾਰਾ ਦਿਨ ਵਾਰਡ اٹੈਂਡੈਂਟ ਦੀਆਂ ਟੈਲੀਗ੍ਰਾਮ ਕਲਾਸਾਂ ਲੈ ਰਹੇ ਹਾਂ ਅਗਰ ਕੋਈ ਵੀ ਵਿਦਿਆਰਥੀ ਵਾਰਡ اٹੈਂਡੈਂਟ ਦੀ ਕਲਾਸ ਲੈਣਾ ਚਾਹੁੰਦਾ ਹੈ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 9715800 ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦ ਕੋਟ ਦਾ ਨਿਰਮਾਣ ਕਦੋਂ ਹੋਇਆ 1995 ਦੇ ਵਿੱਚ 1999 ਦੇ ਵਿੱਚ 1992 ਦੇ ਵਿੱਚ 1998 ਦੇ ਵਿੱਚ ਰਾਈਟ ਆਨਸਰ ਹੈ 1998 ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਕਦੋਂ ਹੋਈ 1969 ਵਿੱਚ 1969 ਦੇ ਵਿੱਚ 1979 ਦੇ ਵਿੱਚ 1949 ਦੇ ਵਿੱਚ ਰਾਈਟ ਆਨਸਰ 1969 ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਹੋਈ ਸੀ ਜਿਸ ਦਾ ਮੁੱਖ ਦਫ਼ਤਰ ਮੁਹਾਲੀ ਦੇ ਵਿੱਚ ਹੈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਪੰਜਾਬ ਵਿੱਚ ਕਿੱਥੇ ਸਥਿਤ ਹੈ? ਮੋਹਾਲੀ, ਲੁਧਿਆਣਾ, ਖੰਨਾ, ਜਲੰਧਰ ਰਾਈਟ ਆਨਸਰ ਹੈ ਖੰਨਾ ਵਿਖੇ। ਪੰਜਾਬ ਦੀ ਸਭ ਤੋਂ ਵੱਡੀ ਸੈਨਿਕ ਸੌਣੀ ਕਿੱਥੇ ਸਥਿਤ ਹੈ? ਪਟਿਆਲਾ, ਫਿਰੋਜ਼ਪੁਰ, ਅੰਮ੍ਰਿਤਸਰ, ਬਠਿੰਡਾ ਸਭ ਤੋਂ ਵੱਡੀ ਸੈਨਿਕ ਸੌਣੀ ਹੈ ਜੀ ਬਠਿੰਡਾ ਵਿਖੇ। ਪੰਜਾਬ ਵਿੱਚ ਪਹਿਲੀ ਵਾਰ ਰਾਸ਼ਟਪਤੀ ਰਾਜ ਕਦੋਂ ਲਾਗੂ ਹੋਇਆ 1950 ਦੇ ਵਿੱਚ 1951 ਦੇ ਵਿੱਚ 1952 ਦੇ ਵਿੱਚ 1956 ਦੇ ਵਿੱਚ ਪੰਜਾਬ ਵਿੱਚ ਪਹਿਲੀ ਵਾਰ ਰਾਸ਼ਟਪਤੀ ਰਾਜ 1951 ਦੇ ਵਿੱਚ ਲਾਗੂ ਹੋਇਆ ਸੀ ਪੰਜਾਬ ਵਿੱਚ ਆਖਰੀ ਵਾਰ ਰਾਸ਼ਟ੍ਰਪਤੀ ਰਾਜ ਕਦੋਂ ਲਾਗੂ ਹੋਇਆ ਯਾਦ ਰੱਖਿਓ ਜੀ ਹੁਣ ਤੱਕ ਪੰਜਾਬ ਵਿੱਚ ਕੁੱਲ 8 ਵਾਰ ਰਾਸ਼ਟਰਪਤੀ ਰਾਜ ਲੱਗ ਚੁੱਕਿਆ ਹੈ ਆਖਰੀ ਵਾਰ ਕਦੋਂ ਲੱਗਿਆ ਸੀ 1984 ਦੇ ਵਿੱਚ 1985 ਦੇ ਵਿੱਚ 1986 ਦੇ ਵਿੱਚ 1987 ਦੇ ਵਿੱਚ ਰਾਈਟ ਆਨਸਰ ਹੈ 1987 ਦੇ ਵਿੱਚ ਅਗਰ ਕੋਈ ਵੀ ਵਿਦਿਆਰਥੀ ਸਾਡੇ ਵਟਸਐਪ ਅਤੇ ਟੈਲੀਗ੍ਰam ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਅਤੇ ਵਾਰਡ اٹੈਂਡੈਂਟ ਦੇ ਮਹੱਤਵਪੂਰਨ ਪ੍ਰਸ਼ਨਾਂ ਦੀ ਤਿਆਰੀ ਕਰਨਾ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9715008800 ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਵਿਦਿਆਰਥੀ ਸਾਥੀਆਂ ਤੱਕ ਜ਼ਰੂਰ ਪਹੁੰਚਾ ਦੇਣਾ ਜੋ 14 ਨਵੰਬਰ ਨੂੰ ਵਾਰਡ اٹੈਂਡੈਂਟ ਦਾ ਪੇਪਰ ਦੇਣ ਜਾ ਰਹੇ ਹਨ ਤਾਂ ਕਿ ਉਹਨਾਂ ਦੀ ਤਿਆਰੀ ਵਧੀਆ ਢੰਗ ਦੇ ਨਾਲ ਹੋ ਸਕੇ ਪੰਜਾਬ ਵਿੱਚ ਹੁਣ ਤੱਕ ਕਿੰਨੇ ਵਾਰ ਰਾਸ਼ਟਰਪਤੀ ਰਾਜ ਲੱਗ ਚੁੱਕਿਆ ਪੰਜ ਵਾਰ 6 ਵਾਰ 7 ਵਾਰ 8 ਵਾਰ ਰਾਈਟ ਆਨਸਰ ਹੈ ਜੀ ਹੁਣ ਤੱਕ ਪੰਜਾਬ ਵਿੱਚ 8 ਵਾਰ ਰਾਸ਼ਟਰਪਤੀ ਰਾਜ ਲੱਗ ਚੁੱਕਿਆ ਹੈ ਪਹਿਲੀ ਵਾਰ 1951 ਦੇ ਵਿੱਚ ਆਖਰੀ ਵਾਰ 1987 ਦੇ ਵਿੱਚ ਸਿੱਖਾਂ ਦਾ ਮੱਕਾ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਅੰਮ੍ਰਿਤਸਰ आनंदपुर पटना साहिब नादेर साहिब ਸੋ ਸਿੱਖਾਂ ਦਾ ਮੱਕਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕਿਹਾ ਜਾਂਦਾ ਹੈ ਪੰਜਾਬ ਦਾ ਕੈਲੀਫੋਰਨੀਆ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਮਲੋਟ ਅਬੋਹਰ ਬਠਿੰਡਾ ਲੁਧਿਆਣਾ ਰਾਈਟ ਆਨਸਰ ਹੈ ਜੀ ਅਬੋਹਰ ਅਬੋਹਰ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਹੈ ਮਹਾਕਾਵਾਂ ਅਤੇ ਪੁਰਾਣਾ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਹੈ ਟਕਦੇਸ਼ ਸਬਤ ਸਿੰਧੂ ਪੰਚਨਦ ਪੈਂਟਾਪੋਟਾਮੀਆ ਰਾਈਟ ਆਨਸਰ ਹੈ ਮਹਾਕਾਵਾਂ ਤੇ ਪੁਰਾਣਾ ਦੇ ਵਿੱਚ ਪੰਚਨਦ ਕਿਹਾ ਗਿਆ ਹੈ ਰਮਾਇ ਰਿਗਵੇਦ ਵਿੱਚ ਪੰਜਾਬ ਨੂੰ ਕੀ ਕਿਹਾ ਗਿਆ ਹੈ ਟਕਦੇਸ਼ ਸਬਤ ਸਿੰਧੂ ਪੰਚਨਦ ਪੈਂਟਾਪੋਟਾਮੀਆ ਰਿਗਵੇਦ ਵਿੱਚ ਪੰਜਾਬ ਨੂੰ ਸप्त ਸਿੰਧੂ ਕਿਹਾ ਗਿਆ ਹੈ ਕਿਉਂਕਿ ਉਸ ਸਮੇਂ ਤੇ ਪੰਜਾਬ ਵਿੱਚ ਸੱਤ ਨਦੀਆਂ ਵਹਿਦੀਆਂ ਸਨ ਮੰਜਾਬ ਦੀ ਵੰਡ ਨਾਲ ਕਿੰਨੇ ਜ਼ਿਲ੍ਹੇ ਪਾਕਿਸਤਾਨ ਵੱਲ ਚਲੇ ਗਏ ਸਨ ਪੰਜਾਬ ਦੀ ਜਦੋਂ 1947 ਦੀ ਵੰਡ ਹੋਈ ਹੈ ਉਸ ਸਮੇਂ ਪੰਜਾਬ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਉਸ ਸਮੇਂ ਪਾਕਿਸਤਾਨ ਵੱਲ ਕਿੰਨੇ ਜ਼ਿਲ੍ਹੇ ਗਏ ਸੀ 29 ਜ਼ਿਲ੍ਹੇ 19 ਜ਼ਿਲ੍ਹੇ 13 ਜ਼ਿਲ੍ਹੇ 16 ਜ਼ਿਲ੍ਹੇ ਰਾਈਟ ਆਨਸਰ ਹੈ ਜੀ 16 ਜ਼ਿਲ੍ਹੇ ਉਸ ਸਮੇਂ ਤੇ ਪੰਜਾਬ ਵਿੱਚ ਕੁੱਲ 29 ਜ਼ਿਲ੍ਹੇ ਸਨ ਜਿਨ੍ਹਾਂ ਦੇ ਵਿੱਚੋਂ 13 ਭਾਰਤੀ ਪੰਜਾਬ ਦੇ ਵਿੱਚ ਰਹਿ ਗਏ ਸੀ 16 ਜ਼ਿਲ੍ਹੇ ਪਾਕਿਸਤਾਨੀ ਪੰਜਾਬ ਦੇ ਵਿੱਚ ਚਲੇ ਗਏ ਸੀ ਮਾਝਾ ਖੇਤਰ ਵਿੱਚ ਪੰਜਾਬ ਦੇ ਕਿੰਨੇ ਜ਼ਿਲ੍ਹੇ ਆਉਂਦੇ ਹਨ ਪੰਜਾਬ ਨੂੰ ਤਿੰਨ ਖੇਤਰਾਂ ਦੇ ਵਿੱਚ ਵੰਡਿਆ ਗਿਆ ਹੈ ਮਾਝਾ ਮਾਲਵਾ ਦੁਆਬਾ ਸੋ ਮਾਝੇ ਖੇਤਰ ਵਿੱਚ ਪੰਜਾਬ ਦੇ ਕਿੰਨੇ ਜ਼ਿਲ੍ਹੇ ਆਉਂਦੇ ਹਨ ਚਾਰ ਜ਼ਿਲ੍ਹੇ ਪੰਜ ਜ਼ਿਲ੍ਹੇ ਛੇ ਜ਼ਿਲ੍ਹੇ ਅੱਠ ਜ਼ਿਲ੍ਹੇ ਮਾਝਾ ਖੇਤਰ ਦੇ ਵਿੱਚ ਪੰਜਾਬ ਦੇ ਚਾਰ ਜ਼ਿਲ੍ਹੇ ਆਉਂਦੇ ਹਨ ਦੁਆਬਾ ਖੇਤਰ ਵਿੱਚ ਪੰਜਾਬ ਦੇ ਕਿੰਨੇ ਜ਼ਿਲ੍ਹੇ ਆਉਂਦੇ ਹਨ ਚਾਰ ਜ਼ਿਲ੍ਹੇ ਪੰਜ 6 ਜਾਂ 8 ਜ਼ਿਲ੍ਹੇ ਰਾਈਟ ਆਨਸਰ ਹੈ 4 ਜ਼ਿਲ੍ਹੇ ਯਾਦ ਰੱਖਿਓ ਜੀ ਮਾਝਾ ਦੇ ਵਿੱਚ ਵੀ 4 ਜ਼ਿਲ੍ਹੇ ਦੁਆਬਾ ਦੇ ਵਿੱਚ ਵੀ 4 ਜ਼ਿਲ੍ਹੇ ਸਭ ਤੋਂ ਵੱਧ ਜ਼ਿਲ੍ਹੇ ਆਉਂਦੇ ਹਨ ਮਾਲਵਾ ਖੇਤਰ ਦੇ ਵਿੱਚ ਮਾਲਵਾ ਖੇਤਰ ਵਿੱਚ ਪੰਜਾਬ ਦੇ ਕਿੰਨੇ ਜ਼ਿਲ੍ਹੇ ਆਉਂਦੇ ਹਨ 14 ਜ਼ਿਲ੍ਹੇ 15 ਜ਼ਿਲ੍ਹੇ 16 ਜ਼ਿਲ੍ਹੇ 13 ਜ਼ਿਲ੍ਹੇ ਰਾਈਟ ਆਨਸਰ ਹੈ ਜੀ 15 ਜ਼िले ਕਿਉਂਕਿ ਪੰਜਾਬ ਦੇ ਵਿੱਚ ਕੁੱਲ ਕਿੰਨੇ ਹਨ 23 ਜ਼िले ਚਾਰ ਜ਼िले ਮਾਝੇ ਦੇ ਵਿੱਚ ਚਾਰ ਜ਼िले ਦੁਆਬੇ ਦੇ ਵਿੱਚ 15 ਜ਼िले ਨਵਾਂ ਜ਼ਿਲ੍ਹਾ ਜੋ ਮurelkotla ਉਹ ਵੀ ਮਾਲਵਾ ਖੇਤਰ ਦੇ ਵਿੱਚ ਹੈ ਜੋ 14 ਮਈ 2021 ਨੂੰ ਬਣਾਇਆ ਗਿਆ ਸੋ ਮਾਲਵਾ ਖੇਤਰ ਦੇ ਵਿੱਚ ਵਰਤਮਾਨ ਸਮੇਂ ਕੁੱਲ 15 ਜ਼िले ਆਉਂਦੇ ਹਨ ਦਿੱਲੀ ਨੂੰ ਪੰਜਾਬ ਤੋਂ ਅਲੱਗ ਕਦੋਂ ਕੀਤਾ ਗਿਆ 1904 ਦੇ ਵਿੱਚ 1900 ਸਹ ਦੇ ਵਿੱਚ 1910 ਦੇ ਵਿੱਚ 1900 ਦੇ ਵਿੱਚ ਸੋ ਦਿੱਲੀ ਨੂੰ ਪੰਜਾਬ ਤੋਂ 1911 ਦੇ ਵਿੱਚ ਅਲੱਗ ਕੀਤਾ ਗਿਆ ਸੀ ਪਾਕਿਸਤਾਨ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈ ਸੋ ਪੰਜਾਬ ਦੀ ਪਾਕਿਸਤਾਨ ਦੇ ਨਾਲ ਕਿੰਨੇ ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈ 6 ਜ਼ਿਲ੍ਹਿਆਂ ਦੀ 5 ਜ਼ਿਲ੍ਹਿਆਂ ਦੀ 4 ਜ਼ਿਲ੍ਹਿਆਂ ਦੀ ਸੱਤ ਜ਼ਿਲਿਆਂ ਦੀ ਰਾਈਟ ਆਨਸਰ ਹੈ ਜੀ ਛੇ ਜ਼ਿਲਿਆਂ ਦੀ ਕਿਲਾ ਰਾਏਪੁਰ ਪਿੰਡੂ 올림픽 ਖੇਡਾਂ ਦੀ ਸ਼ੁਰੂਆਤ ਕਦੋਂ ਹੋਈ 1930 ਦੇ ਵਿੱਚ 1931 ਦੇ ਵਿੱਚ 1932 ਦੇ ਵਿੱਚ 1933 ਦੇ ਵਿੱਚ ਰਾਈਟ ਆਨਸਰ 1933 ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਕਿਸੇ ਵੀ ਸਾਥੀ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਹ ਵਿਦਿਆਰਥੀ ਸਾਥੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਸਾਡੇ ਚੈਨਲ ਤੇ ਤੁਸੀਂ ਹਰ ਇੱਕ ਪੇਪਰ ਦੀ ਤਿਆਰੀ ਪੰਜਾਬੀ ਮੀਡੀਅਮ ਦੇ ਵਿੱਚ ਅਤੇ ਟੈਸਟਾਂ ਦੇ ਰਾਹੀਂ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਸਾਡੇ WhatsApp ਤੇ Telegram ਗਰੁੱਪ ਦੇ ਵਿੱਚ ਵੀ ਰੋਜ਼ਾਨਾ ਕਲਾਸਾਂ ਲਗਾ ਸਕਦੇ ਹੋ ਸ਼ਾਮਲ ਹੋ ਸਕਦੇ ਹੋ 971500 8800 ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਜਨਮਦਾਤਾ ਕੌਣ ਹੈ ਮਾਸਟਰ ਤਾਰਾ ਸਿੰਘ ਐਮ ਐਸ ਸੁਆਮੀ ਨਾਥਨ ਸੁਬ੍ਰਮਨੀਅਮ ਸੁੰਦਰ ਲਾਲ ਵੋਗਨਾ ਰਾਈਟ ਆਨਸਰ ਹੈ ਜੀ ਐਮ ਐਸ ਸੁਆਮੀ ਨਾਥਨ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ ਪੰਜਾਬ ਵਿੱਚ ਹਰੀ ਕ੍ਰਾਂਤੀ ਕਦੋਂ ਆਈ ਸੀ ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਖਰੀਫ ਦੀ ਫਸਲ ਨਹੀਂ ਹੈ ਮੱਕੀ ਮੂੰਗੀ ਮੂੰਗਫਲੀ ਸਰੋਂ ਖਰੀਫ ਦੀ ਫਸਲ ਨਹੀਂ ਹੈ ਤਾਂ ਰਾਈਟ ਅਨਸਰ ਹੈ ਸਰੋਂ ਪੰਜਾਬ ਪੰਚਾਇਤੀ ਐਕਟ ਕਦੋਂ ਪਾਸ ਹੋਇਆ 1991 ਦੇ ਵਿੱਚ 1992 ਦੇ ਵਿੱਚ 1993 ਦੇ ਵਿੱਚ 1994 ਦੇ ਵਿੱਚ ਪੰਜਾਬ ਪੰਚਾਇਤੀ ਐਕਟ 1994 ਦੇ ਵਿੱਚ ਪਾਸ ਹੋਇਆ ਸੀ ਪੰਜਾਬ ਵਿੱਚ ਸੂਚਨਾ ਦਾ ਅਧਿਕਾਰ ਕਦੋਂ ਲਾਗੂ ਹੋਇਆ 2009 ਦੇ ਵਿੱਚ 2002 ਦੇ ਵਿੱਚ 2004 ਦੇ ਵਿੱਚ 2005 ਦੇ ਵਿੱਚ ਸੋ ਰਾਈਟ ਟੂ ਰਾਈਟ ਟੂ ਇਨਫਰਮੇਸ਼ਨ ਦਾ ਐਕਟ ਹੈ ਜੋ 2000 ਪੰਜ ਦੇ ਵਿੱਚ ਪੰਜਾਬ ਵਿੱਚ ਲਾਗੂ ਹੋਇਆ ਸੀ ਪੰਜਾਬ ਦੀ ਵੰਡ ਕਿਸ ਯੋਜਨਾ ਅਧੀਨ ਹੋਈ ਸੀ ਰੈਡ ਕਲਿਫ ਯੋਜਨਾ ਕ੍ਰਿਪਸ ਯੋਜਨਾ ਮਾਉਂਟ ਵੈਟਨ ਯੋਜਨਾ ਅਗਸਤ ਪ੍ਰਸਤਾਵ ਸੋ ਪੰਜਾਬ ਦੀ ਵੰਡ ਕਿਸ ਯੋਜਨਾ ਦੇ ਅਧੀਨ ਕੀਤੀ ਗਈ ਸੀ ਇਹ ਰਾਈਟ ਆਨਸਰ ਹੈ ਮਾਉਂਟ ਵੈਟਨ ਯੋਜਨਾ ਪੰਜਾਬ ਪੁਲਿਸ ਦਿਵਸ ਕਦੋਂ ਮਨਾਇਆ ਜਾਂਦਾ ਹੈ 24 ਅਕਤੂਬਰ 28 ਅਕਤੂਬਰ 21 ਅਕਤੂਬਰ 25 ਅਕਤੂਬਰ ਰਾਈਟ ਆਨਸਰ ਹੈ ਜੀ 21 ਅਕਤੂਬਰ ਵੰਡ ਤੋਂ ਬਾਅਦ ਪੂਰਬੀ ਪੰਜਾਬ ਦੀ ਰਾਜਧਾਨੀ ਕਿਸ ਨੂੰ ਬਣਾਇਆ ਗਿਆ ਪਟਿਆਲਾ ਚੰਡੀਗੜ੍ਹ Shimla ਲਾਹੌਰ ਰਾਈਟ ਆਨਸਰ ਹੈ Shimla ਪੰਜਾਬੀ ਭਾਸ਼ਾ ਦਾ ਮੋਢਲਾ ਕਵੀ ਕਿਸ ਨੂੰ ਕਿਹਾ ਗਿਆ ਹੈ ਭਾਈ ਵੀਰ ਸਿੰਘ ਗੁਰੂ ਅੰਗਦ ਦੇਵ ਜੀ ਬਾਬਾ ਫਰੀਦ ਭਾਈ ਗੁਰਦਾਸ ਰਾਈਟ ਆਨਸਰ ਬਾਬਾ ਫਰੀਦ ਜੀ ਨੂੰ ਪੰਜਾਬੀ ਭਾਸ਼ਾ ਦਾ ਮੋਢਲਾ ਕਵੀ ਮੰਨਿਆ ਗਿਆ ਹੈ ਪੰਜਾਬ ਦੇ ਧਰਤੀ ਤੇ ਕਿੰਨੇ ਪ੍ਰਤੀਸ਼ਤ ਜੰਗਲ ਪਾਏ ਜਾਂਦੇ ਹਨ 5.12% 6.12% 7.12% 8.12% ਸੋ ਪੰਜਾਬ ਦੀ ਧਰਤੀ ਤੇ 6.12% ਜੰਗਲ ਪਾਏ ਜਾਂਦੇ ਹਨ। ਪੰਜਾਬ ਮੰਡੀ ਬੋਰਡ ਦੀ ਸਥਾਪਨਾ ਕਦੋਂ ਹੋਈ? 1958 ਈਸਵੀ ਦੇ ਵਿੱਚ 1959 ਈਸਵੀ ਦੇ ਵਿੱਚ 1960 ਈਸਵੀ ਦੇ ਵਿੱਚ 1961 ਈਸਵੀ ਦੇ ਵਿੱਚ ਪੰਜਾਬ ਮੰਡੀ ਬੋਰਡ ਦੀ ਸਥਾਪਨਾ 1961 ਈਸਵੀ ਦੇ ਵਿੱਚ ਕੀਤੀ ਗਈ ਸੀ। ਪੰਜਾਬ ਦਾ ਖੇਤਰਫਲ ਕਿੰਨਾ ਹੈ? 50360 ਵਰਗ ਕਿਲੋਮੀਟਰ 50362 ਵਰਗ ਕਿਲੋਮੀਟਰ 50365 ਵਰਗ ਕਿਲੋਮੀਟਰ 50580 ਵਰਗ ਕਿਲੋਮੀਟਰ ਸੋ ਪੰਜਾਬ ਦਾ ਜੋ ਖੇਤਰਫਲ ਹੈ 50365 362 ਵਰਗ ਕਿਲੋਮੀਟਰ ਹੈ ਜੀ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਕੌਣ ਸੀ ਪੰਜਾਬ ਦੇ ਵਿੱਚ 117 ਵਿਧਾਨ ਸਭਾ ਸੀਟਾਂ 17 13 ਲੋਕ ਸਭਾ ਸੀਟਾਂ ਅਤੇ 7 ਰਾਜ ਸਭਾ ਸੀਟਾਂ ਹਨ ਸੋ ਪੰਜਾਬ ਵਿਧਾਨ ਸਭਾ ਦਾ ਵਰਤਮਾਨ ਸਪੀਕਰ ਹੈ ਰਾਣਾ ਕੇਪੀ ਸਿੰਘ ਪਰੰਤੂ ਪ੍ਰਸ਼ਨ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਪੁੱਛਿਆ ਗਿਆ ਹੈ ਸੋ ਆਪਣੇ ਕੋਲ ਆਪਸ਼ਨਸ ਨੇ ਜੀਬੀ ਮਾਵਲੰਕਰ ਰਾਣਾ ਕੇਪੀ ਸਿੰਘ ਸਰਦਾਰ ਕਪੂਰ ਸਿੰਘ ਅਜੈਬ ਸਿੰਘ ਪੱਟੀ ਵਿਧਾਨ ਸਭਾ ਦਾ ਪਹਿਲਾ ਸਪੀਕਰ ਹੈ ਜੀ ਸਰਦਾਰ ਕਪੂਰ ਸਿੰਘ ਜੀਬੀ ਮਾਵਲੰਕਰ ਲੋਕ ਸਭਾ ਦੇ ਪਹਿਲੇ ਸਪੀਕਰ ਨੇ ਰਾਣਾ ਕੇਪੀ ਸਿੰਘ ਵਿਧਾਨ ਸਭਾ ਦੇ ਵਰਤਮਾਨ ਸਪੀਕਰ ਨੇ ਅਜੈਬ ਸਿੰਘ ਪੱਟੀ ਡਿਪਟੀ ਸਪੀਕਰ ਨੇ ਪੰਜਾਬ ਦੀ ਰਾਜ ਖੇਡ ਕਿਹੜੀ ਹੈ ਹਾਕੀ ਕੁਸ਼ਤੀ ਕ੍ਰਿਕਟ ਕਬੱਡੀ ਪੰਜਾਬ ਦੀ ਰਾਜ ਖੇਡ ਹੈ ਜੀ ਕਬੱਡੀ ਪੰਜਾਬ ਵਿੱਚ ਵਰਤਮਾਨ ਸਮੇਂ ਕਿਸ ਪਾਰਟੀ ਦੀ ਸਰਕਾਰ ਹੈ 2021 ਦੇ ਵਿੱਚ ਕਿਸ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਸ੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਸੋ ਵਰਤਮਾਨ ਸਮੇਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਪੰਜਾਬ ਵਿੱਚ ਵਰਤਮਾਨ ਸਮੇਂ ਵਿਰੋਧੀ ਪਾਰਟੀ ਕਿਹੜੀ ਹੈ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਸੋ ਵਰਤਮਾਨ ਸਮੇਂ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਪਾਰਟੀ ਹੈ ਪੰਜਾਬ ਦੇ ਵਰਤਮਾਨ 2021 ਦੇ ਵਿੱਚ ਸਿਹਤ ਮੰਤਰੀ ਕੌਣ ਹਨ ਬਲਵੀਰ ਸਿੰਘ ਸਿੱਧੂ ਬ੍ਰਹਮਿੰਦਰ ਓਮ ਪ੍ਰਕਾਸ਼ ਸੋਨੀ ਰਾਣਾ ਗੁਰਜੀਤ ਸਿੰਘ ਰਾਈਟ ਆਨਸਰ ਹੈ ਜੀ ਓਮ ਪ੍ਰਕਾਸ਼ ਸੋਨੀ ਚੰਨੀ ਕੈਬਨਟ ਦੇ ਵਿੱਚ ਓਮ ਪ੍ਰਕਾਸ਼ ਸੋਨੀ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ ਕੈਪਟਨ ਦੇ ਸਮੇਂ ਬਲਵੀਰ ਸਿੰਘ ਸਿੱਧੂ ਸਿਹਤ ਮੰਤਰੀ ਸੀ ਪੰਜਾਬ ਦੇ ਵਰਤਮਾਨ ਰਾਜਪਾਲ ਕੌਣ ਹਨ ਬੀਪੀ ਸਿੰਘ ਬਦਨੌਰ ਰਾਣਾ ਕੇਪੀ ਸਿੰਘ ਬਨਵਾਰੀ لال ਪ੍ਰੋਹਿਤ ਚਰਨਜੀਤ ਅਟਵਾਲ ਰਾਈਟ ਆਨਸਰ ਬਨਵਾਰੀ لال ਪ੍ਰੋਹਿਤ ਵਰਤਮਾਨ ਸਪੀਕ ਵਰਤਮਾਨ ਰਾਜਪਾਲ ਨੇਜੀ ਪੰਜਾਬ ਦੇ ਪੰਜਾਬ ਭਾਰਤ ਦੇ ਕਿਹੜੀ ਦਿਸ਼ਾ ਵਿੱਚ ਸਥਿਤ ਹੈ ਉੱਤਰ ਪੂਰਬ ਦਿਸ਼ਾ ਦੇ ਵਿੱਚ ਉੱਤਰ ਪੱਛਮ ਦਿਸ਼ਾ ਦੇ ਵਿੱਚ ਪੂਰਬ ਦੱਖਣ ਦਿਸ਼ਾ ਦੇ ਵਿੱਚ ਦੱਖਣ ਪੂਰਬ ਦੇ ਵਿੱਚ ਸੋ ਕਿਹੜੀ ਦਿਸ਼ਾ ਦੇ ਵਿੱਚ ਨੇ ਜੀ ਰਾਈਟ ਆਨਸਰ ਹੈ ਉੱਤਰ ਪੱਛਮ ਦਿਸ਼ਾ ਦੇ ਵਿੱਚ ਜੇਕਰ ਕਿਸੇ ਵੀ ਸਾਥੀ ਨੇ ਇਸ ਟੈਸਟ ਦੀ ਪੀਡੀਐਫ ਪ੍ਰਾਪਤ ਕਰਨੀ ਹੋਵੇ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 97158800 ਪੰਜਾਬ ਦੀ ਕੋਇਲ ਕਿਸ ਨੂੰ ਕਿਹਾ ਗਿਆ ਹੈ ਸਰੋਜਨੀ 나ਯੂ ਅਮਰਤਾ ਪ੍ਰੀਤਮ ਦਲੀਪ ਕੌਰ ਟਿਬਾਣਾ ਸੁਰਿੰਦਰ ਕੌਰ ਪੰਜਾਬ ਦੀ ਕੋਇਲ ਸੁਰਿੰਦਰ ਕਾਰ ਨੂੰ ਕਿਹਾ ਗਿਆ ਹੈ ਪੰਜਾਬ ਕੇਸਰੀ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਸੁਭਾਸ਼ ਚੰਦਰ ਬੋਸ ਭਗਤ ਸਿੰਘ ਲਾਲਾ ਲਾਜਪਤਰਾਏ ਕਰਤਾਰ ਸਿੰਘ ਸਰਾਭਾ ਰਾਈਟ ਅਨਸਰ ਹੈ ਜੀ ਲਾਲਾ ਲਾਜਪਤਰਾਏ ਪੰਜਾਬ ਰੇਲਵੇ ਕੋਚ ਫੈਕਟਰੀ ਕਿੱਥੇ ਸਥਿਤ ਹੈ ਲੁਧਿਆਣਾ ਵਠਿੰਡਾ ਰੂਪਨਗਰ ਕਪੂਰਥਲਾ ਸੋ ਰੇਲਵੇ ਦੇ ਡੱਬੇ ਕਿੱਥੇ ਬਣਾਏ ਜਾਂਦੇ ਆ ਪੰਜਾਬ ਦੇ ਵਿੱਚ ਕਪੂਰਥਲਾ ਵਿਖੇ ਸਹੀਦ ਉਦਮ ਸਿੰਘ ਦਾ ਸਬੰਧ ਕਿਹੜੇ ਜ਼ਿਲ੍ਹੇ ਨਾਲ ਹੈ ਸੁਨਾਮ ਸੁਨਾਮ ਉਦਮ ਸਿੰਘ ਵਾਲਾ ਬਠਿੰਡਾ ਸੰਗਰੂਰ ਧਿਆਨ ਦਿਓ ਜੀ ਉੱਥੇ ਸਹੀਦ ਉਦਮ ਸਿੰਘ ਦਾ ਸਬੰਧ ਕਿਸ ਜ਼ਿਲ੍ਹੇ ਦੇ ਨਾਲ ਹੈ ਤਾਂ ਰਾਈਟ ਆਨਸਰ ਹੈ ਜੀ ਸੰਗਰੂਰ ਪੰਜਾਬ ਦਾ ਮੁੱਖ ਧੰਦਾ ਕਿਹੜਾ ਹੈ ਪਸ਼ੂ ਪਾਲਨ ਮੱਛੀ ਪਾਲਨ ਵਪਾਰ ਖੇਤੀਬਾੜੀ ਸੋ ਪੰਜਾਬ ਦਾ ਜੋ ਮੁੱਖ ਧੰਦਾ ਹੈ ਖੇਤੀਬਾੜੀ ਹੈ ਪੰਜਾਬ ਵਿੱਚ ਸਾਕਾ ਨੀਲਾ ਤਾਰਾ ਕਦੋਂ ਹੋਇਆ ਸੀ 1985 ਜਿਸ ਨੂੰ ਆਪਰੇਸ਼ਨ ਬਲੂ ਸਟਾਰ ਵੀ ਕਿਹਾ ਜਾਂਦਾ ਹੈ ਕਦੋਂ ਹੋਇਆ ਸੀ 1984 1983 1987 ਸੋ ਰਾਈਟ ਆਨਸਰ ਹੈ ਜੀ 1984 ਦੇ ਵਿੱਚ ਸਾਕਾ ਨੀਲਾ ਤਾਰਾ ਹੋਇਆ ਸੀ ਪੰਜਾਬ ਦੀ ਵੰਡ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ ਲਾਰਡ ਡਲਹੌਜੀ ਲਾਰਡ ਕਰਜਨ ਮਾਉਂਟ ਵੈਟਨ ਸੀ ਗੋਪਾਲਾਚਾਰੀ ਸੋ ਪੰਜਾਬ ਦੀ ਵੰਡ ਸਮੇਂ ਪਰ ਦਾ ਵਾਇਸਰਾਏ ਕੌਣ ਸੀ ਜੀ ਮਾਉਂਟ ਵੈਟਨ ਆਧੁਨਿਕ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਮਾਦਵ ਲਾਲ ਬਲਦੇਵ ਸਿੰਘ ਰਾਈਟ ਆਨਸਰ ਹੈ ਜੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਆਧੁਨਿਕ ਪੰਜਾਬ ਦਾ ਜਨਮ 1 ਨਵੰਬਰ 1966 ਨੂੰ ਹੋਇਆ ਸੀ ਉਸ ਸਮੇਂ ਦੋ ਹੋਰ ਸੂਬੇ ਬਣਾਏ ਗਏ ਸੀ ਹਰਿਆਣਾ ਅਤੇ ਹਿਮਾਚਲ ਸੋ ਆਧੁਨਿਕ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਸੀ ਸੋ ਏ ਸੀ ਅੱਜ ਦੀ ਵੀਡੀਓ ਦੇ ਨਾਲ ਸੰਬੰਧਿਤ ਬਾਡ اٹੈਂਡੈਂਟਰ ਦੇ ਨਾਲ ਜਰਨਲ ਨੌਲੇਜ ਦੇ ਵਿੱਚੋਂ 50 ਮਹੱਤਵਪੂਰਨ ਪ੍ਰਸ਼ਨ ਜੋ ਆਮ ਤੌਰ ਤੇ ਹਰ ਇੱਕ ਇਗਜ਼ਾਮ ਦਾ ਹੀ ਹਿੱਸਾ ਬਣਦੇ ਆ ਰਹੇ ਹਨ ਇਸ ਤਰ੍ਹਾਂ ਦੀਆਂ ਵੀਡੀਓ ਵਿੱਚ ਅਸੀਂ ਹੋਰ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸਾਡੇ ਚੈਨਲ ਦੇ ਨਾਲ ਜਰੂਰ ਬਨੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ਤਾਂ ਕਿ ਹੋਰ ਨਾਲ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ ਅਸੀਂ 12 ਅਤੇ 13 ਨਵੰਬਰ ਨੂੰ ਵਾਰਡ اٹੈਂਡੈਂਟ ਦੀਆਂ ਲਗਾਤਾਰ ਕਲਾਸਾਂ ਬਿਲਕੁਲ ਫ੍ਰੀ ਦੇਵਾਂਗੇ ਅਗਰ ਕਿਸੇ ਵੀ ਸਾਥੀ ਨੇ ਕਲਾਸਾਂ ਲੈਣੀਆਂ ਹੋਣ ਸਾਡੇ ਟੈਲੀਗ੍ਰam ਅਤੇ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਹੋਵੇ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 97 1500 8800 ਜੇਕਰ ਤੁਹਾਡੇ ਸੰਪਰਕ ਦੇ ਵਿੱਚ ਵੀ ਕੋਈ ਵਾਟ ਅਟੈਂਡੈਂਟ ਦਾ ਸਾਥੀ ਹੈ ਤਾਂ ਉਸ ਤੱਕ ਸਾਡੀ ਵੀਡੀਓ ਜਰੂਰ ਪਹੁੰਚਾ ਦੇਣਾ ਜੀ ਤਾਂ ਕਿ ਤਿਆਰੀ ਵਧੀਆ ਢੰਗ ਦੇ ਨਾਲ ਹੋ ਸਕੇ ਸੋ ਵੀਡੀਓ ਨੂੰ ਵੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਦੁਬਾਰਾ ਫਿਰ ਹਾਜ਼ਰ ਹੁੰਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ